ਬਟਾਲਾ ਦੇ ਬਾਈਪਾਸ ਸਾਲੀਵਾਲ रोड तो एक नौजवान ਨੂੰ ਲੋਕਾਂ ਨੇ ਪਿੱਛਾ ਕਰਕੇ ਫੜਿਆ ਤੇ ਉਸ ਨੂੰ ਪੁਲਿਸ ਦੇ ਹਵਾਲੇ कर ਦਿੱਤਾ। दरअसल ਇਹ नौजवान एक महिला ਦੀਆਂ ਵਾਲੀਆਂ ਉਤਾਰ के फरार ਹੋਣ ਲੱਗਿਆ ਸੀ, लेकिन ਅੱਗੇ रेलवे फाटक बंद ਹੋਣ ਕਰਕੇ इसने मोटरसाइकिल ਨੂੰ फाटक ਦੇ ਨਾਲ ਲੱਗਦੇ ਇੱਕ ਟੋਏ ਦੇ ਵਿੱਚ ਸੁੱਟ ਦਿੱਤਾ ਤਾਂ ਜੋ ਉੱਥੋਂ ਪੈਦਲ ਭੱਜ ਸਕੇ, लेकिन ਰਾਹਗੀਰਾਂ ਨੇ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ कर ਦਿੱਤਾ। ਉਧਰ ਦੂਜੇ ਪਾਸੇ ਪੁਲਿਸ ਨੇ ਕਾਰਵਾਈ ਕਰਨ ਦੀ ਬਜਾਏ ਚੋਰ ਨੂੰ ਤਰਸ ਦੇ ਆਧਾਰ ਤੇ ਛੱਡ ਦਿੱਤਾ। जानकारी ਦਿੰਦੇ ਹੋਏ एएसआई शिव कुमार ने ਦੱਸਿਆ ਕਿ ਰਾਹਗੀਰਾਂ ने चोर ਨੂੰ ਫੜਿਆ ਸੀ, लेकिन जिस महिला ਦੀਆਂ ਉਸਨੇ ਵਾਲੀਆਂ ਉਤਾਰੀਆਂ ਸੀ ਉਸ महिला ने कोई कार्रवाई ਕਰਨ ਤੋਂ मना कर दिया। ਅਸੀਂ ਨਾ ਨਾਕੇ ਆਪਣੇ ਨੱਕ ਦੇ ਖਲੋਤੇ ਨੇ ਸੀਗੇ, ਨੱਕ ਦੇ ਖਲੋਤੇ ਨਾ ਅਲੀਵਾ ਰੋਡ ਤੋਂ ਫਾਟਕ ਵਾਲੀ ਸਾਈਡ ਤੋਂ ਨਾ ਦੋ ਲੇਡੀਜ਼ ਤੇ ਨਾਲ ਉਹਨਾਂ ਦਾ ਬੱਚਾ ਸੀਗਾ, ਉਹ ਆ ਰਹੇ ਤੇ ਕੰਨਾ ਇਸ ਨਾਲ ਹੀ ਜਗਦਾਂ ਦਾ ਵਾਪਸ ਮੁੜਨ ਲੱਗਿਆ। ਸਾਨੂੰ ਸ਼ੱਕ ਪਿਆ ਵੀ ਇਹਨਾਂ ਨਾਲ ਕੋਈ ਗੱਲਬਾਤ ਹੋਈ ਆ। ਹੁਣ ਵੇਖ ਕੇ ਤੇ ਆਪਾਂ ਉਹਨਾਂ ਜਨਾਨੀਆਂ ਦੇ ਨਾਲ ਆਪਣਾ ਮੋਟਰਸਾਈਕਲ ਲੈ ਕੇ ਤੇ ਕੰਦਾ ਮਗਰੇ ਉਹਨਾਂ ਦੇ ਤੁਰ ਪਏ। ਜਦੋਂ ਫਾਟਕ ਲਾ ਕੇ ਪਹੁੰਚੇ ਤਾਂ ਫਾਟਕ ਬੰਦ ਸੀਗਾ ਅਤੇ ਉਹ ਜਿਹੜਾ ਕਮਾਂਡੇ ਨੇ ਉਹ ਜਨਾਨੀਆਂ ਦੀ ਤਾਂ ਵਾਲੀਆਂ ਲਾ ਲਈਆਂ ਸੀ, ਵਾਲੀ ਲਾ ਲਈ ਇੱਕ ਸਾਈਡ ਦੀ ਵਾਲੀ ਲਾ ਲਈ ਸੀ ਅਤੇ ਉਹ ਮੁੰਡਿਆਂ ਨੇ ਉੱਥੋਂ ਉਹਨੂੰ ਕਾਬੂ ਕਰ ਲਿਆ ਸੀਗਾ ਅਤੇ ਫਾਟਕ ਥੱਲੇ ਲੰਘ ਕੇ ਅਤੇ ਭੱਜਣ ਲੱਗਾ ਸੀ। ਅਤੇ ਉਹ ਭੱਜਣ ਲੱਗਾ ਜਦੋਂ ਮੁੰਡਿਆਂ ਨੇ ਫੜ ਲਿਆ ਉਹਨੂੰ ਕੰਦਾ ਮਗਰ ਚਪੇੜਾ ਚਪੇੜਾ ਮਾਰਨ ਡਏ ਸੀ, ਉਹਨੂੰ ਫੜ ਕੇ ਕਾਬੂ ਕੀਤਾ। ਜੋ ਜਿਹੜੀਆਂ ਬੀਬੀਆਂ ਸੀ ਉਹਨਾਂ ਨੇ ਕੰਦਾ ਰੁਪਏ ਦੇ ਅੱਗੇ ਮਰਿਆ ਪਿਆ ਵਾ ਅਤੇ ਉਹਦੇ ਕੋਲ ਹਾਰਟ ਦੀ ਦਵਾਈ ਸੀਗੀ ਅਤੇ ਉਹਨਾਂ ਨੇ ਕੰਦਾ ਤਰਸਾ ਕੇ ਉਹਨੂੰ ਛਡਵਾ ਦਿੱਤਾ। ਇਹ ਗੱਲ ਕਰ ਕੀ ਤੁਸੀਂ ਛੱਡਣਾ ਸਹੀ ਸਮਝਦੇ? ਇੱਕ ਬੰਦਾ ਚੋਰ ਫੜ ਕੇ ਛੱਡਦਾ ਛੱਡਣਾ ਭਾਈ। ਹੁਣ ਕੰਦਾ ਜਿਹਨਾਂ ਦੀਆਂ ਲੱਥੀਆਂ ਉਹਨਾਂ ਨੇ ਕੰਦਾ ਕਹਿ ਦਿੱਤਾ, ਫਿਰ ਕੰਦਾ ਕੀ ਕਿਸੇ ਨੂੰ